ਬੀਜੇਪੀ ਐਮਪੀ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਵੱਡਾ ਐਕਸ਼ਨ ਲੈ ਲਿਆ ਗਿਆ ਹੈ। ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਖਿਲਾਫ ਸਖਤ ਐਕਸ਼ਨ ਲੈ ਲਿਆ ਗਿਆ ਹੈ। ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 35 ਸਾਲ ਦੀ ਕੁਲਵਿੰਦਰ ਕੌਰ ਦੀ 15 ਸਾਲ ਦੀ ਸਰਵਿਸ ਹੋ ਚੁੱਕੀ ਹੈ। ਹਾਲਾਂਕਿ ਅਧਿਕਾਰਿਤ ਤੌਰ ਤੇ ਕਿਹਾ ਗਿਆ ਕਿ ਪਹਿਲਾਂ ਨੌਕਰੀ ਦੇ ਦੌਰਾਨ ਉਸ ਦਾ ਰਿਕਾਰਡ ਕਲੀਨ ਹੈ। ਦੱਸ ਦਈਏ ਕਿ ਕੁਲਵਿੰਦਰ ਕੌਰ ਦਾ ਪਤੀ ਵੀ ਸੀਆਈਐਸਐਫ 'ਚ ਤੈਨਾਤ ਹੈ ਤੇ ਜੰਮੂ 'ਚ ਡਿਊਟੀ ਕਰਦਾ ਹੈ ਕੁਲਵਿੰਦਰ ਦਾ ਪਤੀ, ਅਤੇ ਉਹ 2 ਸਾਲ ਤੋਂ ਚੰਡੀਗੜ੍ਹ 'ਚ ਡਿਊਟੀ ਕਰ ਰਹੀ ਹੈ। ਇਹੀ ਨਹੀਂ, ਕੁਲਵਿੰਦਰ ਕੌਰ ਦਾ ਪਰਿਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਨਾਲ ਸੰਬੰਧਿਤ ਹੈ। ਕੰਗਨਾ ਦੇ 100-100 ਰੁਪਏ ਵਾਲੇ ਬਿਆਨ ਤੋਂ ਗੁੱਸੇ 'ਚ ਸੀ ਕੁਲਵਿੰਦਰ, ਅਤੇ ਉਸਦਾ ਕਹਿਣਾ ਸੀ ਕਿ ਜਦੋਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਕੰਗਨਾ ਰਣੌਤ ਨੇ 100-100 ਰੁਪਏ ਵਾਲਾ ਬਿਆਨ ਦਿੱਤਾ ਸੀ, ਉਦੋਂ ਉਸਦੀ ਮਾਂ ਵੀ ਉਸੇ ਕਿਸਾਨੀ ਅੰਦੋਲਨ ਦੇ ਵਿੱਚ ਧਰਨੇ 'ਤੇ ਬੈਠੀ ਸੀ। ਤਾਂ ਦੱਸ ਦਈਏ ਕਿ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਥੱਪੜ ਜੜ ਦਿੱਤਾ। ਇਸ ਦੌਰਾਨ ਕੰਗਨਾ ਰਣੌਤ ਨੇ ਆਪਣੀ ਇੱਕ ਵੀਡੀਓ ਦੇ ਰਾਹੀਂ ਸਪਸ਼ਟ ਕੀਤਾ ਹੈ ਕਿ ਮੈਨੂੰ ਮੇਰੇ ਫੇਸ 'ਤੇ ਹਿੱਟ ਕੀਤਾ ਗਿਆ, ਜਾਣੀ ਕਿ ਮੂੰਹ 'ਤੇ ਥੱਪੜ ਮਾਰਿਆ ਗਿਆ ਹੈ, ਅਤੇ ਕੁਲਵਿੰਦਰ ਕੌਰ 'ਤੇ ਹੁਣ ਐਕਸ਼ਨ ਲਿਆ ਗਿਆ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਏਅਰਪੋਰਟ ਦੀ ਇਹ ਘਟਨਾ ਹੈ ਜਦੋਂ ਕੰਗਨਾ ਰਣੌਤ ਦਿੱਲੀ ਨੂੰ ਜਾਣ ਦੇ ਲਈ ਏਅਰਪੋਰਟ 'ਤੇ ਪਹੁੰਚੇ ਸਨ, ਤਾਂ ਇਸ ਦੌਰਾਨ ਕੰਗਨਾ ਰਣੌਤ ਦੀ ਇੱਕ ਲੜਕੀ ਦੇ ਨਾਲ ਬਹਿਸਬਾਜ਼ੀ ਹੋ ਗਈ। ਜਿਹੜੀ ਲੜਕੀ ਕੁਲਵਿੰਦਰ ਕੌਰ ਮਹਿਲਾ ਕਾਂਸਟੇਬਲ ਸੀਆਈਐਸਐਫ 'ਚ ਤੈਨਾਤ ਸੀ ਸਿਕਿਉਰਿਟੀ ਦੇ ਉੱਤੇ ਡਿਊਟੀ ਦੇ ਦੌਰਾਨ, ਅਤੇ ਕੰਗਨਾ ਰਣੌਤ ਦਾ ਇਲਜ਼ਾਮ ਹੈ ਕਿ ਕੁਲਵਿੰਦਰ ਕੌਰ ਨੇ ਉਸਦੇ ਥੱਪੜ ਜੜਿਆ ਹੈ। ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁਲਵਿੰਦਰ ਕੌਰ ਇਹ ਕਹਿੰਦੀ ਨਜ਼ਰ ਆਈ ਸੀ ਕਿ ਕੰਗਨਾ ਰਣੌਤ ਨੇ 100-100 ਰੁਪਏ ਵਾਲਾ ਬਿਆਨ ਦਿੱਤਾ ਸੀ, ਜਿਸ ਦੌਰਾਨ ਕਿਸਾਨ ਅੰਦੋਲਨ ਸੀ, ਅਤੇ ਕਿਸਾਨ ਅੰਦੋਲਨ ਦੇ ਦੌਰਾਨ ਉਸਦੀ ਮਾਂ ਵੀ ਉਸ ਧਰਨੇ 'ਤੇ ਬੈਠੀ ਸੀ। ਤਾਂ ਹੁਣ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।